ਜੇਕਰ ਤੁਹਾਡੇ ਵੀ ਘਰ ਦਾ ਏਸੀ ਦਾ ਆਊਟਡੋਰ ਯੂਨਿਟ ਬਾਹਰ ਲੱਗਿਆ ਹੋਇਆ ਤਾਂ ਸਾਵਧਾਨ ਹੋ ਜਾਓ, ਕਿਉਂਕਿ ਹੁਣ ਚੋਰਾਂ ਦੇ ਨਿਸ਼ਾਨਿਆਂ 'ਤੇ ਇਹ ਆਊਟਡੋਰ ਯੂਨਿਟ ਨੇ ਅਤੇ ਇਸ ਦੇ ਵਿੱਚ ਲੱਗੇ ਤਾਂਬੇ ਦੀ ਪਾਈਪ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਜੀ ਹਾਂ, ਦੱਸ ਦਈਏ ਕਿ ਇੱਕ ਬੈਂਕ ਦੇ ਵਿੱਚ ਲੱਗੇ ਏਸੀ ਦੇ ਸਾਰੇ ਹੀ ਜੋ ਆਊਟਡੋਰ ਯੂਨਿਟ ਦੇ ਵਿੱਚ ਤਾਂਬੇ ਦੇ ਪਾਈਪ ਸੀ ਉਹ ਉੜਾ ਦਿੱਤੇ ਗਏ ਨੇ ਅਤੇ ਘਟਨਾ CCTV 'ਚ ਵੀ ਕੈਦ ਹੋਈ ਹੈ। ਇੱਥੋਂ ਤੱਕ ਰਿਹਾ ਕਿ ਚੋਰਾਂ ਦੇ ਵੱਲੋਂ ਜਾਂਦੇ ਜਾਂਦੇ ਜੋ ਜਨਰੇਟਰ ਦੇ ਵਿੱਚ ਬੈਟਰੀਆਂ ਲੱਗੀਆਂ ਹੁੰਦੀਆਂ ਨੇ ਉਹ ਵੀ ਨਹੀਂ ਛੱਡੀਆਂ ਗਈਆਂ ਅਤੇ ਘਟਨਾ CCTV 'ਚ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਕਿ ਇੱਕ ਚੋਰ ਏਸੀ ਦੇ ਆਊਟਡੋਰ ਯੂਨਿਟ ਦੇ ਵਿੱਚੋਂ ਇਸ ਪਾਈਪ ਨੂੰ ਚੋਰੀ ਕਰਦਾ ਨਜ਼ਰ ਆ ਰਿਹਾ ਅਤੇ ਜਦੋਂ ਪਾਈਪ ਜ਼ਿਆਦਾ ਹੋ ਗਏ ਤਾਂ ਉਸ ਤੋਂ ਬਾਅਦ ਸੜਕ ਦੇ ਕਿਨਾਰੇ 'ਤੇ ਉਸਨੂੰ ਇੱਕ ਥੈਲਾ ਮਿਲਦਾ ਅਤੇ ਉਸ ਥੈਲੇ ਦੇ ਵਿੱਚ ਪਾ ਕੇ ਸਾਰਾ ਹੀ ਸਮਾਨ ਰਫੂ ਚੱਕਰ ਹੋ ਜਾਂਦਾ। ਤਾਂ ਕਪੂਰਥਲਾ ਤੋਂ ਇਹ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੈਂਟਰਲ ਬੈਂਕ ਦੇ ਵਿੱਚ ਚੋਰੀ ਕੀਤੀ ਗਈ ਹੈ। ਹੋਰ ਤਾਂ ਚੋਰਾਂ ਨੂੰ ਕੁਝ ਨਹੀਂ ਮਿਲਿਆ, ਏਸੀ ਦੇ ਆਊਟਡੋਰ ਯੂਨਿਟ ਵਿੱਚ ਲੱਗੇ ਤਾਂਬੇ ਦੇ ਪਾਈਪਾਂ ਨੂੰ ਜ਼ਰੂਰ ਚੋਰੀ ਕਰ ਲਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਜਨਰੇਟਰ ਹੈ, ਹਾਲਾਂਕਿ ਜਨਰੇਟਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਡਾ ਜਨਰੇਟਰ ਹੁੰਦਾ, ਜੇਕਰ ਗੱਲ ਕੀਤੀ ਜਾਵੇ ਤਾਂ ਉਸਨੂੰ ਆਮ ਬੰਦਾ ਹੱਥ ਵੀ ਨਹੀਂ ਪਾ ਸਕਦਾ, ਕਿਉਂਕਿ ਜਨਰੇਟਰ ਹੈ, ਕੋਈ ਵੀ ਤਾਰ ਕਿਤੇ ਵੀ ਲੱਗੀ ਹੋ ਸਕਦੀ ਹੈ ਤਾਂ ਝਟਕਾ ਲੱਗਣ ਦਾ ਅਕਸਰ ਹੀ ਉਸਦੇ ਵਿੱਚ ਖਤਰਾ ਬਣਿਆ ਰਹਿੰਦਾ। ਹਾਲਾਂਕਿ ਜਿਸ ਬੰਦੇ ਨੂੰ ਜਾਣਕਾਰੀ ਹੁੰਦੀ ਹੈ ਉਸਦੇ ਬਾਰੇ ਉਹੀ ਜਨਰੇਟਰ ਨੂੰ ਠੀਕ ਕਰ ਸਕਦਾ ਅਤੇ ਇੱਥੇ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਜਨਰੇਟਰ ਦੇ ਵਿੱਚੋਂ ਇਹ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਨੇ। ਤਾਂ ਕਪੂਰਥਲਾ ਤੋਂ ਇਹ ਖਬਰ ਸਾਹਮਣੇ ਆਈ ਹੈ। ਜੇਕਰ ਤੁਹਾਡੇ ਵੀ ਘਰ ਦਾ ਏਸੀ ਦਾ ਆਊਟਡੋਰ ਯੂਨਿਟ ਬਾਹਰ ਲੱਗਿਆ ਹੋਇਆ ਤਾਂ ਸਾਵਧਾਨ ਹੋ ਜਾਓ, ਕਿਉਂਕਿ ਹੁਣ ਚੋਰਾਂ ਦੇ ਨਿਸ਼ਾਨਿਆਂ 'ਤੇ ਇਹ ਆਊਟਡੋਰ ਯੂਨਿਟ ਨੇ ਅਤੇ ਇਸ ਦੇ ਵਿੱਚ ਲੱਗੇ ਤਾਂਬੇ ਦੀ ਪਾਈਪ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਜੀ ਹਾਂ, ਦੱਸ ਦਈਏ ਕਿ ਇੱਕ ਬੈਂਕ ਦੇ ਵਿੱਚ ਲੱਗੇ ਏਸੀ ਦੇ ਸਾਰੇ ਹੀ ਜੋ ਆਊਟਡੋਰ ਯੂਨਿਟ ਦੇ ਵਿੱਚ ਤਾਂਬੇ ਦੇ ਪਾਈਪ ਸੀ ਉਹ ਉੜਾ ਦਿੱਤੇ ਗਏ ਨੇ ਅਤੇ ਘਟਨਾ CCTV 'ਚ ਵੀ ਕੈਦ ਹੋਈ ਹੈ। ਇੱਥੋਂ ਤੱਕ ਰਿਹਾ ਕਿ ਚੋਰਾਂ ਦੇ ਵੱਲੋਂ ਜਾਂਦੇ ਜਾਂਦੇ ਜੋ ਜਨਰੇਟਰ ਦੇ ਵਿੱਚ ਬੈਟਰੀਆਂ ਲੱਗੀਆਂ ਹੁੰਦੀਆਂ ਨੇ ਉਹ ਵੀ ਨਹੀਂ ਛੱਡੀਆਂ ਗਈਆਂ ਅਤੇ ਘਟਨਾ CCTV 'ਚ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਏਸੀ ਦੇ ਆਊਟਡੋਰ ਯੂਨਿਟ ਦੇ ਵਿੱਚੋਂ ਇਸ ਪਾਈਪ ਨੂੰ ਚੋਰੀ ਕਰਦਾ ਨਜ਼ਰ ਆ ਰਿਹਾ ਅਤੇ ਜਦੋਂ ਪਾਈਪ ਜ਼ਿਆਦਾ ਹੋ ਗਏ ਤਾਂ ਉਸ ਤੋਂ ਬਾਅਦ ਸੜਕ ਦੇ ਕਿਨਾਰੇ 'ਤੇ ਉਸਨੂੰ ਇੱਕ ਥੈਲਾ ਮਿਲਦਾ ਅਤੇ ਉਸ ਥੈਲੇ ਦੇ ਵਿੱਚ ਪਾ ਕੇ ਸਾਰਾ ਹੀ ਸਮਾਨ ਰਫੂ ਚੱਕਰ ਹੋ ਜਾਂਦਾ। ਤਾਂ ਕਪੂਰਥਲਾ ਤੋਂ ਇਹ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੈਂਟਰਲ ਬੈਂਕ ਦੇ ਵਿੱਚ ਚੋਰੀ ਕੀਤੀ ਗਈ ਹੈ। ਹੋਰ ਤਾਂ ਚੋਰਾਂ ਨੂੰ ਕੁਝ ਨਹੀਂ ਮਿਲਿਆ, ਏਸੀ ਦੇ ਆਊਟਡੋਰ ਯੂਨਿਟ ਵਿੱਚ ਲੱਗੇ ਤਾਂਬੇ ਦੇ ਪਾਈਪਾਂ ਨੂੰ ਜ਼ਰੂਰ ਚੋਰੀ ਕਰ ਲਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਜਨਰੇਟਰ ਹੈ, ਹਾਲਾਂਕਿ ਜਨਰੇਟਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਡਾ ਜਨਰੇਟਰ ਹੁੰਦਾ, ਜੇਕਰ ਗੱਲ ਕੀਤੀ ਜਾਵੇ ਤਾਂ ਉਸਨੂੰ ਆਮ ਬੰਦਾ ਹੱਥ ਵੀ ਨਹੀਂ ਪਾ ਸਕਦਾ, ਕਿਉਂਕਿ ਜਨਰੇਟਰ ਹੈ, ਕੋਈ ਵੀ ਤਾਰ ਕਿਤੇ ਵੀ ਲੱਗੀ ਹੋ ਸਕਦੀ ਹੈ ਤਾਂ ਝਟਕਾ ਲੱਗਣ ਦਾ ਅਕਸਰ ਹੀ ਉਸਦੇ ਵਿੱਚ ਖਤਰਾ ਬਣਿਆ ਰਹਿੰਦਾ। ਹਾਲਾਂਕਿ ਜਿਸ ਬੰਦੇ ਨੂੰ ਜਾਣਕਾਰੀ ਹੁੰਦੀ ਹੈ ਉਸਦੇ ਬਾਰੇ ਉਹੀ ਜਨਰੇਟਰ ਨੂੰ ਠੀਕ ਕਰ ਸਕਦਾ ਅਤੇ ਇੱਥੇ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਜਨਰੇਟਰ ਦੇ ਵਿੱਚੋਂ ਇਹ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਨੇ। ਤਾਂ ਕਪੂਰਥਲਾ ਤੋਂ ਇਹ ਖਬਰ ਸਾਹਮਣੇ ਆਈ ਹੈ।